पंजाब न्यूज़ एक्सप्रेस देख रहे हैं सारे दर्शकों का स्वागत है। मैं हाँ सतेंद्र बैंस। दोस्तों अच्छ पंजाब दे विच कोरोना वायरस के मरीजों की गिणती 68 तो वध के 79 हो गई है। 79 11 मरीज जोड़े एक दिन वधे वो रोपड़ जिले के जोड़ा तुम्हें याद होना कल एक चेतावनी पिंड का मरीज सेगा पीजीए विच दाखिल कराया पॉजिटिव आया सी उहदे परिवार दे उहदी वाइफ और उहदी बेटी भी जिहड़े आ पॉजिटिव निकले आ। तो इस तरीके नाल फतेहगढ़ साहब जिले दे विच भी नवे केस आए हैं। पिंड संघोल दे आस पास दे 3 पिंड जिहड़े आ उह लॉकडाउन कीते इस करके और जिलावार जिहड़ी इहदी डिटेल है नवांशहर दे विच 19 मोहाली दे विच 19 ਹੁਸ਼ਿਆਰਪੁਰ ਵਿੱਚ 7 ਅੰਮ੍ਰਿਤਸਰ 9 ਜਲੰਧਰ 6 ਲੁਧਿਆਣਾ 6 ਮਾਨਸਾ 3 ਰੋਪੜ 3 ਫਤਿਹਗੜ੍ਹ ਸਾਹਿਬ 2 ਪਟਿਆਲਾ 1 ਫਰੀਦਕੋਟ 1 ਪਠਾਨਕੋਟ 1 ਬਰਨਾਲਾ 1 ਔਰ ਕਪੂਰਥਲਾ 1। ਹੁਣ ਤੱਕ ਸਿਰਫ 3 ਜਾਂ 4 ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਮਿਲੇ ਸੀਗੇ। ਪਿਛਲੇ 2 ਦਿਨਾਂ ਤੋਂ ਜਿਹੜਾ ਵਾਇਰਸ ਦਾ ਏਰੀਆ ਵੱਧਦਾ ਜਾ ਰਿਹਾ ਜਿਹਨਾਂ ਵਿੱਚ ਤੁਸੀਂ ਕਹਿ ਸਕਦੇ ਹੋ ਮਾਨਸਾ ਫਤਿਹਗੜ੍ਹ ਸਾਹਿਬ ਫਰੀਦਕੋਟ ਪਠਾਨਕੋਟ ਬਰਨਾਲਾ ਕਪੂਰਥਲਾ ਇਹ ਜਿਹੜੇ ਜ਼ਿਲ੍ਹੇ ਆ ਇਹ ਹੁਣ ਤੱਕ ਇਹਨਾਂ ਵਿੱਚ ਵਾਇਰਸ ਨਹੀਂ ਸੀਗਾ। ਸੋ ਇਹ ਨਵੇਂ ਜਿਹੜੇ ਮਰੀਜ਼ ਇੱਥੇ ਮਿਲੇ ਆ ਔਰ ਬਹੁਤ ਸਾਰੇ ਮਰੀਜ਼ ਇੱਦਾਂ ਦੇ ਮਿਲ ਰਹੇ ਆ ਜਿਨ੍ਹਾਂ ਦਾ ਕੋਈ ਫੋਰਨ ਜਾਣ ਦਾ ਟਰੈਵਲ ਰਿਕਾਰਡ ਨਹੀਂ ਹੈ। ਸੋ ਇਹ ਇੱਕ ਚਿੰਤਾ ਦੀ ਗੱਲ ਹੈ ਔਰ ਪੰਜਾਬ ਦੇ ਵਿੱਚ ਸਰਕਾਰੀ ਅੰਕੜੇ ਅਨੁਸਾਰ 7 ਜਿਹੜੇ ਕਰੋਨਾ ਵਾਇਰਸ ਨਾਲ ਪੀੜਿਤ ਮਰੀਜ਼ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਗੈਰ ਸਰਕਾਰੀ ਤੌਰ ਦੇ ਉੱਤੇ ਦੱਸਿਆ ਜਾਂਦਾ ਹੈ ਕਿ 8 ਮਰੀਜ਼ ਜਿਹੜੇ ਆ ਉਹ ਦਮ ਤੋੜ ਚੁੱਕੇ ਨੇ। ਸੋ ਪੰਜਾਬ ਸਰਕਾਰ ਨੇ ਰੋਜ਼ ਦੀ ਤਰ੍ਹਾਂ ਅੱਜ ਵੀ ਇੱਕ ਬੁਲੇਟਿਨ ਜਾਰੀ ਕੀਤਾ ਲਓ ਉਹ ਸੁਣ ਲਓ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਸਟੇਟ ਦੁਆਰਾ ਕੋਵਿਡ ਨਿਯੰਤਰਣ ਲਈ ਸਥਾਪਿਤ ਸਟੇਟ ਕੰਟਰੋਲ ਰੂਮ ਦਾ ਮੈਂਬਰ ਹਾਂ। ਸਾਡਾ ਜਿਹੜਾ ਸਟੇਟ ਕੰਟਰੋਲ ਰੂਮ ਹੈ ਉਹ ਮੀਡੀਆ ਦੇ ਨਾਲ ਡੇਲੀ ਇੱਕ ਜਾਣਕਾਰੀ ਸਾਂਝੀ ਕਰਦਾ ਹੈ ਜਿਹਦਾ ਅੱਜ 15ਵਾਂ ਦਿਨ ਹੈ। ਜਿਵੇਂ ਕਿ ਅੱਜ ਜੀ ਨੂੰ ਪਤਾ ਹੈ ਕਿ WHO ਵੱਲੋਂ ਕੋਵਿਡ ਨੂੰ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਵਿਸ਼ਵ ਭਰ ਵਿੱਚ ਇਸ ਬਿਮਾਰੀ ਦੁਆਰਾ 12,17,724 ਲੋਕਾਂ ਨੂੰ ਸੰਕਰਮਣ ਹੋ ਚੁੱਕਿਆ ਹੈ ਅਤੇ ਕੁੱਲ 65,832 ਮੌਤਾਂ ਹੋ ਚੁੱਕੀਆਂ ਹਨ। ਭਾਰਤ ਦੇ ਮਾਮਲੇ ਵਿੱਚ ਇਸ ਨੇ 4,298 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਜਿਸ ਵਿੱਚ 118 ਮੌਤਾਂ ਸ਼ਾਮਿਲ ਹਨ। ਇੱਕ ਮੁੱਦਾ ਸਰਕਾਰ ਦੇ ਸਾਹਮਣੇ ਆਇਆ ਹੈ ਕਿ ਕਈ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੀ OPD ਬੰਦ ਕੀਤੀਆਂ ਜਾ ਰਹੀਆਂ ਹਨ। ਅਸੀਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਵੀ ਸਰਕਾਰ ਦਾ ਫੈਸਲਾ ਜਿਹਦੇ 'ਚ ਪ੍ਰਾਈਵੇਟ ਹਸਪਤਾਲਾਂ ਨੂੰ ਉਹਨਾਂ ਦੀ OPD ਬੰਦ ਕਰਨ ਲਈ ਕਿਹਾ ਗਿਆ ਉਹ ਨਹੀਂ ਹੈ ਇਸ ਵੇਲੇ ਇਨਫੋਰਸ ਅਤੇ ਅਸੀਂ ਐਕਸਪੈਕਟ ਕਰਦੇ ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਕਿ ਸੰਕਟ ਦੀ ਘੜੀ 'ਚੋਂ ਆਪਣੀ OPDs ਖੁੱਲ੍ਹੀ ਰੱਖਣ ਅਤੇ ਮਰੀਜ਼ਾਂ ਦਾ ਜਿਵੇਂ ਪਹਿਲੇ ਇਲਾਜ ਕਰ ਰਹੇ ਸੀ ਉਸੇ ਤਰੀਕੇ ਨਾਲ ਉਹਨਾਂ ਦਾ ਇਲਾਜ ਕਰਨ। ਅਸੀਂ ਉਹਨਾਂ ਤੋਂ ਇਹ ਜ਼ਰੂਰ ਰਿਕੁਐਸਟ ਕਰਾਂਗੇ ਕਿ ਕੋਈ ਵੀ ਆਪਣੀ OPD ਚਲਾਉਂਦੇ ਵੇਲੇ ਜਾਂ ਮਰੀਜ਼ਾਂ ਦਾ ਇਲਾਜ ਕਰਦੇ ਵੇਲੇ ਜਿਹੜੀ ਵੀ ਭਾਰਤ ਸਰਕਾਰ ਵੱਲੋਂ ਜਾਂ ਰਾਜ ਸਰਕਾਰ ਵੱਲੋਂ ਜਿਹੜੀ ਐਡਵਾਈਜ਼ਰੀਜ਼ ਅਤੇ ਗਾਈਡਲਾਈਨਸ ਹੈ ਕੋਵਿਡ ਦੇ ਨਾਲ ਜਿਹੜੇ ਪ੍ਰੋਟੋਕੋਲ ਜੁੜੇ ਹੋਏ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ। ਸਾਨੂੰ ਸਾਡੇ ਜਿਹੜੇ ਪਿੰਡ ਹੈ ਉਹ ਵੀ ਇੱਕ ਕਰੋਨਾ ਦੇ ਨਾਲ ਲੜਨ ਦੇ ਲਈ ਜਿਹੜੇ ਨਵਾਂ ਰਸਤਾ ਹੈ ਉਹ ਦਿਖਾ ਰਹੇ ਨੇ। ਮੈਂ ਆਪ ਜੀ ਨੂੰ ਇੱਥੇ ਦੱਸਣਾ ਚਾਹਾਂਗਾ ਕਿ 13,240 ਜਿਹੜੇ ਪਿੰਡ ਹੈ ਸੂਬੇ ਦੇ ਉਹਨਾਂ 'ਚੋਂ 7842 ਪਿੰਡਾਂ ਨੇ ਆਪਣੇ ਆਪ ਵੋਲੰਟਰੀ ਤੌਰ 'ਤੇ ਖੁਦ ਨੂੰ ਲੋਕਡਾਊਨ ਕੀਤਾ ਹੋਇਆ ਹੈ। ਆਪਣੇ ਇੱਥੇ ਉਹ ਲੋਕਾਂ ਦੇ ਨਾਲ ਮਿਲਣਾ ਜੁਲਣਾ ਉਹਨਾਂ ਨੇ ਖੁਦ ਨੇ ਬੰਦ ਕੀਤਾ ਹੋਇਆ ਹੈ ਅਤੇ ਇਸ ਕਰਕੇ ਉਹ ਜਿਹੜੀ ਕਰੋਨਾ ਦੇ ਅਗੇਂਸਟ ਆਪਣੇ ਪੂਰੇ ਸੂਬੇ ਦੀ ਪੂਰੇ ਮੁਲਕ ਦੀ ਵਿਸ਼ਵ ਦੀ ਜਿਹੜੀ ਜੰਗ ਹੈ ਉਹਦੇ ਆਪਣਾ ਯੋਗਦਾਨ ਪਾ ਰਹੇ ਹਨ। ਸਰਕਾਰ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਕਾਫੀ ਲੋਕ ਪੈਨਿਕ ਕਰ ਰਹੇ ਨੇ ਕਿ ਜਿਹੜੀ LPG ਸਿਲੰਡਰਸ ਦੀ ਜਿਹੜੀ ਡਿਲੀਵਰੀ ਹੈ ਉੱਥੇ ਲੋਕਾਂ ਨੂੰ ਪੈਨਿਕ ਹੋ ਰਹੀ ਕਿ ਸਾਡੇ ਕੋਲ ਸਪਲਾਈ ਨਹੀਂ ਹੈ। ਬਟ ਆਪ ਜੀ ਨੂੰ ਸਰਕਾਰ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਸਾਡੇ ਕੋਲ ਐਡੀਕੁਏਟ ਸਪਲਾਈ ਆਫ LPG ਸਿਲੰਡਰਸ ਹੈ। ਆਪ ਜੀ ਦੇ ਧਿਆਨ 'ਚ ਮੈਂ ਇਹ ਗੱਲ ਲਾਉਣਾ ਚਾਹਾਂਗਾ ਕਿ ਪਿਛਲੇ 4 ਦਿਨਾਂ 'ਚ ਲਗਭਗ 8 ਲੱਖ ਸਿਲੰਡਰਾਂ ਦੀ ਆਲਰੇਡੀ ਹੋਮ ਡਿਲੀਵਰੀ ਕੀਤੀ ਜਾ ਚੁੱਕੀ ਹੈ ਅਤੇ ਅੱਗੇ ਵੀ ਜਿਹਨਾਂ ਨੂੰ ਲੋੜ ਪਵੇਗੀ ਅਸੀਂ ਉਹਨਾਂ ਨੂੰ ਸਮੇਂ-ਸਮੇਂ 'ਤੇ ਜਿਹੜਾ ਵੀ ਗੈਸ ਸਿਲੰਡਰ ਹੈ ਉਹ ਪਹੁੰਚਾਉਂਦੇ ਰਹਾਂਗੇ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਇਸ ਬਿਮਾਰੀ 'ਤੇ ਨਜਿੱਠਣ ਲਈ ਸਾਰੇ ਕਦਮ ਚੁੱਕੇ ਹੋਏ ਹਨ ਜਿਹਦੇ ਚੱਲਦੇ ਅਸੀਂ ਡੇਲੀ ਇੱਥੋਂ ਜਿਹੜੇ ਲੋਕ ਹੁੰਦੇ ਉਹਨਾਂ ਦੇ ਸੈਂਪਲ ਭੇਜਦੇ ਹਾਂ। ਕੁੱਲ ਅੱਜ ਤੱਕ ਅਸੀਂ 2384 ਨਮੂਨੇ ਭੇਜ ਚੁੱਕੇ ਹਨ। ਇਹਨਾਂ 'ਚੋਂ 1994 ਨਮੂਨੇ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਕੁੱਲ ਹੁਣ ਅੱਜ ਤੱਕ 79 ਨਮੂਨੇ ਪੋਜ਼ਿਟਿਵ ਪਾਏ ਗਏ ਹਨ। ਕੱਲ੍ਹ ਤੱਕ ਜਿਹੜਾ ਇਹ ਫਿਗਰ ਸੀਗਾ ਇਹ 68 ਸੀਗਾ।
बदकिस्मती नाल हुण तक 7 लोगों की मौत हो चुकी है, पर आप जी मैं दसना चाहवांगा कि हुण तक 4 लोगों ने इस बीमारी नूं मात देंदे हुए पूर्ण तौर पर स्वस्थ होकर वो अपने घर जा चुके हैं। इस करके लोग सिर्फ बीमार नहीं पै रहे हैं बल्कि ठीक भी हो रहे हैं। इस करके आप उस बीमारी तो डरन की लोड़ नहीं है, बल्कि सही उपायों पर ध्यान देने की, सोशल डिस्टेंसिंग ते जिहड़ा कर्फ्यू का पालन है वो करन की लोड़ है। मानजू मुख्यमंत्री जी पंजाब वालों लॉकडाउन दौरान सेहत और स्ट्रेस नाल जुड़िया मुद्दों प्रभावशाली ढंग नाल हल करने लिए एक हैल्पलाइन भी चलाई गई है, जिहदा नंबर हैगा 1800-1804-1004। बेसिकली इतने जिहड़े नागरिक है वो टेलीकंसल्टेशन दे नाल माहिर जिहड़े डॉक्टर्स हैं उन्होंने टेलीकंसल्टेशन ले सकते हैं, गलबात कर सकते हैं, जो उन्होंने कोरोना वायरस के नाल जुड़ी कोई गलबात करनी हो या इस कोरोना की जिहड़ी सिचुएशन के नाल उन्होंने कोई स्ट्रेस या टेंशन हो रही है वो बारे वो गल करना चाहते हैं तो इस हेल्पलाइन पर गल कर सकते हैं। इतने माहिर डॉक्टर हैं जिहड़े कि उन्होंने उन्होंने इस बारे एडवाइस देंगे, उन्होंने कंसल्ट करेंगे। पंजाब विच जिदा कि आप जी को पता है कि ऑलरेडी सीएम साहब वालों एक सीएम कोविड राहत फंड की स्थापना की जा चुकी है, जिते भी जिहड़े लॉकडाउन तो प्रभावित गरीब और लोड़वंद व्यक्ति है उन्होंने इस फंड के राही मदद की जाती है। मैं आप जी को बेनती करांगा कि चूंकि ये बड़ा ही चंगा उपराला है, आप अपने कुल दिल नाल अपना योगदान पाएं तो तुसी अपनी साड़ी जिहड़ी वैबसाइट है अपना योगदान उस पर पा सकते हो। साड़ी वैबसाइट का एड्रैस नोट कर लें, cmrf.punjab.gov.in। पंजाब सरकार तुहानू भरोसा दिवाती है कि कोविड के नियंत्रण और निगरानी के लिए जिन्हें भी जरूरी कदम है बुनियादी ढांचा है वह बिल्कुल तैयार है। अंत में असी कोरोना वायरस के खिलाफ इस लड़ाई में सहयोग लिए थोड़ा सारे का धन्यवाद करते हैं, लेकिन इतने एक गल अभी थोड़े साझी करना चाहवागे कि यह जो वायरस है किसी भी धर्म लिंग या जाति के नाल भेदभाव किए बिना सारे एक सार तरीके इफेक्ट करता है। इतने सारिया की सानू सहयोग की लोड़ है कि सारे मिलकर एकमुट होकर ये वायरस के अगेंस्ट जी सा जंग है वो अपना योगदान पावन। मैं आप जी का सारा ना फिर एक बार धन्यवाद करता।